ਸਾਰਿਆਂ ਵਿਆਪਾਰੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਚੈਨਲ ਦੇ ਵਿੱਚ। ਅੱਜ ਆਪਾਂ ਆਲੂ ਮੇਥੀ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਕਈ ਵਾਰੀ ਹੁੰਦਾ ਕਿ ਆਪਾਂ ਆਲੂ ਮੇਥੀ ਦੀ ਸਬਜ਼ੀ ਬਣਾਉਂਦੇ ਹਾਂ ਤਾਂ ਮੇਥੀ ਦੇ ਕੌੜੇਪਨ ਦਾ ਸਵਾਦ ਸਬਜ਼ੀ ਦੇ ਵਿੱਚ ਆਉਂਦਾ ਆ, ਖਾਣ ਦੇ ਵਿੱਚ ਫਿਰ ਉਹ ਵਧੀਆ ਨਹੀਂ ਲੱਗਦੀ। ਪਰ ਅੱਜ ਆਪਾਂ ਜਿਸ ਤਰੀਕੇ ਦੇ ਨਾਲ ਬਣਾਵਾਂਗੇ, ਮੇਥੀ ਬਿਲਕੁਲ ਵੀ ਕੌੜੀ ਨਹੀਂ ਬਣੂਗੀ, ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਊਗੀ। ਸਬਜ਼ੀ ਬਣਾਉਣ ਲਈ ਦੋ ਗੁੱਛੀਆਂ ਮੇਥੀ ਦੀਆਂ ਲਈਆਂ ਸੀ। ਮੇਥੀ ਨੂੰ 4-5 ਵਾਰੀ ਪਾਣੀ ਦੇ ਵਿੱਚ ਧੋ ਕੇ ਉਸ ਤੋਂ ਬਾਅਦ ਉਹਨੂੰ ਸੁਕਾ ਲਿਆ। ਸੁਕਾਉਣ ਤੋਂ ਬਾਅਦ ਇਹਨੂੰ ਬਰੀਕ ਬਰੀਕ ਚੀਰ ਲਿਆ। ਮੇਥੀ ਦੇਖੋ ਜਦੋਂ ਵੀ ਬਣਾਉਣੀ ਆ, ਚੀਰਨ ਤੋਂ ਪਹਿਲਾਂ ਮੇਥੀ ਨੂੰ ਤੁਸੀਂ ਧੋ ਲੈਣਾ ਆ। ਚੀਰ ਕੇ ਫਿਰ ਮੇਥੀ ਨਹੀਂ ਧੋਣੀ, ਨਹੀਂ ਤਾਂ ਮੇਥੀ ਦੇ ਵਿੱਚ ਪਾਣੀ ਭਰ ਜਾਂਦਾ ਆ ਅਤੇ ਜਦੋਂ ਤੁਸੀਂ ਸਬਜ਼ੀ ਬਣਾਓਗੇ ਤੁਹਾਨੂੰ ਪਤਾ ਲੱਗੂਗਾ ਕਿ ਪਾਣੀ ਜਿਹੜਾ ਆ ਵਿੱਚੋਂ ਨਿਕਲਦਾ ਅਤੇ ਫਿਰ ਸਬਜ਼ੀ ਦਾ ਸਵਾਦ ਜਿਹੜਾ ਆ ਵਧੀਆ ਨਹੀਂ ਆਉਂਦਾ। ਆਲੂ ਇਹਦੇ ਵਿੱਚ ਅਸੀਂ 6 ਪਾਵਾਂਗੇ। ਇਹ ਉਬਲੇ ਹੋਏ ਆਲੂ ਲਏ ਆ। ਉਬਲੇ ਹੋਏ ਆਲੂ ਪਾਉਣ ਦੇ ਨਾਲ ਕੀ ਹੋਊਗਾ ਕਿ ਸਾਨੂੰ ਆਲੂਆਂ ਨੂੰ ਤਲਣ ਦੀ ਜ਼ਰੂਰਤ ਨਹੀਂ ਪਊਗੀ। ਜੇ ਤੁਸੀਂ ਉਬਲੇ ਹੋਏ ਆਲੂ ਨਹੀਂ ਲੈਂਦੇ ਫਿਰ ਤੁਸੀਂ ਆਲੂਆਂ ਨੂੰ ਪਹਿਲਾਂ ਤਲ ਲੈਣਾ ਆ, ਉਸ ਤੋਂ ਬਾਅਦ ਉਹਨੂੰ ਸਬਜ਼ੀ ਦੇ ਵਿੱਚ ਇਸਤੇਮਾਲ ਕਰਨਾ। ਇਹਨੂੰ ਅਸੀਂ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤਿਆਰ ਕਰ ਲਾਂਗੇ। ਸਬਜ਼ੀ ਆਪਾਂ ਸਰ੍ਹੋਂ ਦੇ ਤੇਲ ਦੇ ਵਿੱਚ ਬਣਾ ਕੇ ਤਿਆਰ ਕਰਨੀ ਆ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਹਦੀ ਕੁੜੱਤਣ ਕੱਢ ਲਾਂਗੇ। 1 ਚਮਚਾ ਪਾਵਾਂਗੇ ਜੀਰੇ ਦਾ, ਥੋੜ੍ਹੀ ਜਿਹੀ ਪਾ ਦਾਂਗੇ ਹਿੰਗ, 1 ਪਿਆਜ਼ ਲਿਆ, ਪਿਆਜ਼ ਨੂੰ ਅਸੀਂ ਹਲਕਾ ਜਿਹਾ ਭੁੰਨਣਾ ਆ, ਨਰਮ ਕਰਨਾ ਇਹਨੂੰ, ਪਿਆਜ਼ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਣਾ। ਪਿਆਜ਼ ਹੋ ਗਿਆ ਨਰਮ, 1 ਚਮਚਾ ਪਾਵਾਂਗੇ ਕੁੱਟਿਆ ਹੋਇਆ ਲਸਣ, 1 ਚਮਚਾ ਪਾਵਾਂਗੇ ਹਰੀ ਮਿਰਚ। ਹਰੀ ਮਿਰਚ ਵੀ ਆਪਾਂ ਕੁੱਟ ਕੇ ਪਾਈ ਹੈ, ਤੁਸੀਂ ਬਰੀਕ ਕੱਟ ਕੇ ਪਾਣੀ ਚਾਹੋ ਤਾਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ। ਇੱਕ ਮਿੰਟ ਤੱਕ ਲਸਣ ਅਤੇ ਹਰੀ ਮਿਰਚ ਨੂੰ ਭੁੰਨਿਆ ਆ। ਹੁਣ ਇਹਦੇ ਵਿੱਚ ਉਬਲੇ ਹੋਏ ਆਲੂ ਪਾ ਦੇਣੇ ਆ। ਜੇ ਤੁਸੀਂ ਕੱਚੇ ਆਲੂ ਲੈਂਦੇ ਹੋ ਤਾਂ ਫਿਰ ਸਭ ਤੋਂ ਪਹਿਲਾਂ ਤੁਸੀਂ ਆਲੂਆਂ ਨੂੰ ਚੰਗੀ ਤਰ੍ਹਾਂ ਤਲ ਲੈਣਾ ਆ, ਉਸ ਤੋਂ ਬਾਅਦ ਤੜਕਾ ਤਿਆਰ ਕਰਨਾ ਆ। 2 ਮਿੰਟ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ ਆਲੂਆਂ ਨੂੰ। ਸੇਕ ਹੁਣ ਘੱਟ ਕਰ ਦੇਣਾ ਹੈ। ਹੁਣ ਇਹ ਸੁੱਕੇ ਮਸਾਲੇ ਪਾ ਦਾਂਗੇ, ਲੂਣ ਪਾਵਾਂਗੇ ਸਵਾਦ ਦੇ ਹਿਸਾਬ ਨਾਲ, 1/2 ਚਮਚਾ ਲਾਲ ਮਿਰਚ, 1/4 ਹਿੱਸਾ ਚਮਚੇ ਦਾ ਹਲਦੀ ਪਾਊਡਰ, 1/2 ਚਮਚਾ ਧਨੀਆ ਪਾਊਡਰ। ਆਲੂ ਮੇਥੀ ਦੇ ਵਿੱਚ ਜ਼ਿਆਦਾ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ, ਮੇਥੀ ਦਾ ਆਪਣਾ ਹੀ ਸਵਾਦ ਬਹੁਤ ਵਧੀਆ ਹੁੰਦਾ ਹੈ। ਮਿਲਾ ਦਾਂਗੇ, ਥੋੜ੍ਹਾ ਜਿਹਾ ਇਹਦੇ 'ਚ ਪਾਣੀ ਪਾ ਦਾਂਗੇ, 1 ਚਮਚਾ। ਮੇਥੀ ਪਾਉਣ ਤੋਂ ਪਹਿਲਾਂ ਇਹ ਪਾਣੀ ਜਿਹੜਾ ਹੈ ਸੁਕਾ ਲੈਣਾ ਹੈ। ਪਾਣੀ ਆਪਾਂ ਤਾਂ ਪਾਇਆ ਤਾਂ ਕਿ ਮਸਾਲਿਆਂ ਨੂੰ ਜ਼ਿਆਦਾ ਸੇਕ ਨਾ ਪਵੇ। ਦੋ ਮਿੰਟ ਤੱਕ ਮਸਾਲਿਆਂ ਨੂੰ ਭੁੰਨ ਲਿਆ, ਮੇਥੀ ਪਾ ਦਾਂਗੇ। ਸੇਕ ਆਪਾਂ ਘੱਟ ਹੀ ਰੱਖਿਆ ਆ, ਚੰਗੀ ਤਰ੍ਹਾਂ ਇਹਨੂੰ ਮਿਲਾ ਲੈਣਾ ਹੈ।
ਮੇਥੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਹੁਣ ਇਹਨੂੰ ਅਸੀਂ ਇੱਦਾਂ ਖੁੱਲ੍ਹੇ ਹੀ ਪਕਾਉਣਾ ਆ, ਢੱਕਣਾ ਨਹੀਂ। ਜੇ ਆਪਾਂ ਮੇਥੀ ਨੂੰ ਢੱਕ ਕੇ ਪਕਾਉਂਦੇ ਹਾਂ ਤਾਂ ਫਿਰ ਮੇਥੀ ਕੌੜੀ ਬਣਦੀ ਆ, ਕਿਉਂਕਿ ਮੇਥੀ ਦੇ ਵਿੱਚ ਥੋੜ੍ਹੀ ਜਿਹੀ ਕੁੜੱਤਨ ਹੁੰਦੀ ਆ। ਜੇ ਢੱਕਾਂਗੇ ਤਾਂ ਫਿਰ ਉਹ ਸਬਜ਼ੀ ਦੇ ਅੰਦਰ ਰਹਿ ਜਾਂਦੀ ਆ। ਜੇ ਅਸੀਂ ਇਹਨੂੰ ਖੁੱਲ੍ਹਾ ਪਕਾਵਾਂਗੇ ਫਿਰ ਮੇਥੀ ਕਦੀ ਵੀ ਕੌੜੀ ਨਹੀਂ ਬਣੂਗੀ। ਸੇਕ ਘੱਟ ਕਰਤਾ, ਘੱਟ ਸੇਕ ਦੇ ਉੱਤੇ ਇਹਨੂੰ 4-5 ਮਿੰਟ ਤੱਕ ਸੇਕ ਲੱਗਣ ਦੇਵਾਂਗੇ। ਆਲੂ ਦੇਖੋ ਜਿਹੜੇ ਸੀ ਪਹਿਲਾਂ ਹੀ ਪੂਰੀ ਤਰ੍ਹਾਂ ਨਰਮ ਨੇ, ਕਿਉਂਕਿ ਆਪਾਂ ਉਬਾਲ ਕੇ ਆਲੂ ਲਏ ਆ, ਅਤੇ ਮੇਥੀ ਨੂੰ ਪੱਕਣ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ 1 ਚਮਚਾ ਦੇਸੀ ਘਿਓ ਦਾ, 1/2 ਚਮਚਾ ਗਰਮ ਮਸਾਲਾ, 1 ਚਮਚਾ ਸੁੱਕੀ ਹੋਈ ਕੁੱਟੀ ਲਾਲ ਮਿਰਚ ਮਿਲਾ ਦਾਂਗੇ। ਮਿਲਾ ਕੇ 2 ਕੁ ਮਿੰਟ ਵਾਸਤੇ ਅਸੀਂ ਇਹਨੂੰ ਸੇਕ ਲਵਾਵਾਂਗੇ। ਸਬਜ਼ੀ ਤਿਆਰ ਆ ਬਣ ਕੇ, ਆਲੂ ਆਪਾਂ ਚੈੱਕ ਕਰ ਲਾਂਗੇ। ਆਲੂ ਇੱਕਦਮ ਨਰਮ ਨੇ, ਗੈਸ ਬੰਦ ਕਰ ਦਾਂਗੇ, ਸਬਜ਼ੀ ਨੂੰ ਆਪਾਂ ਪਲੇਟ 'ਚ ਸਰਵ ਕਰ ਲਾਂਗੇ। ਸਬਜ਼ੀ ਦੇਖੋ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ। ਇਹਨੂੰ ਤੁਸੀਂ ਰੋਟੀ ਦੇ ਨਾਲ ਖਾਓ, ਪਰੌਂਠੇ ਦੇ ਨਾਲ ਖਾਓ, ਬਹੁਤ ਵਧੀਆ ਲੱਗਦੀ ਆ। ਆਲੂ ਮੇਥੇ ਦੀ ਸੁੱਕੀ ਸਬਜ਼ੀ ਤਿਆਰ ਆ ਬਣ ਕੇ, ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਮੇਥੀ ਦੀ ਸਬਜ਼ੀ ਬਿਲਕੁਲ ਵੀ ਕੌੜੀ ਨਹੀਂ ਬਣੀ, ਬਹੁਤ ਜ਼ਿਆਦਾ ਇਹ ਸਵਾਦ ਬਣੀ ਆ। ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਬਣਾ ਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਬਜ਼ੀ ਕਿਵੇਂ ਦੀ ਬਣੀ। ਇਹਨੂੰ ਤੁਸੀਂ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਇਓ। ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਹੋਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।